ਸ਼੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਜੋ ਕਿ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਸਥਿਤ ਹੈ। ਇਹ ਕਾਲਜ ਆਪਣੇ ਇਲਾਕੇ ਵਿੱਚ ਬਹੁਤ ਹੀ ਵਧੀਆ ਤਰੀਕੇ ਨਾਲ ਮੱਲਾਂ ਮਾਰ ਰਿਹਾ ਹੈ। ਇੱਥੋਂ ਦਾ ਸਟਾਫ ਹਮੇਸ਼ਾ ਬੱਚਿਆਂ ਨੂੰ ਸਿੱਖਿਆ ਦੇਣ ਲਈ ਤਿਆਰ ਰਹਿੰਦਾ ਹੈ। ਕਾਲਜ ਵਿਖੇ ਅੱਜ ਦੇ ਟਾਈਮ ਦੀ ਹਰ ਤਰੀਕੇ ਦੀ ਮਾਡਰਨ ਫੈਸਿਲਿਟੀ ਉਪਲਬਧ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੀਆਂ ਉਚੇਰੀ ਵਿੱਦਿਅਕ ਸੰਸਥਾਵਾਂ ਦਾ 15ਵਾਂ ਖਾਲਸਾਈ ਖੇਡ ਉਤਸਵ 2018 ਮਿਤੀ 4, 5 ਅਤੇ 6 ਨਵੰਬਰ ਨੂੰ ਕਾਲਜ ਵਿਖੇ ਬੜੀ ਹੀ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਵੱਖ ਵੱਖ ਤਰੀਕੇ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਇਸ ਮੌਕੇ ਸਾਡੀ ਟੀਮ ਨੇ ਵਿਸ਼ੇਸ਼ ਦੌਰਾ ਕੀਤਾ। ਪੇਸ਼ ਹੈ 50+ ਦੀ ਟੀਮ ਵੱਲੋਂ ਇੱਕ ਰਿਪੋਰਟ। ਡਾਕਟਰ ਸਿੱਧੂ ਸਾਹਿਬ ਨੂੰ, ਕਾਲਜ ਪ੍ਰਿੰਸੀਪਲ ਡਾਕਟਰ ਜਸਵੀਰ ਸਿੰਘ ਜੀ ਨੂੰ ਕਿ ਉਹ ਪ੍ਰਧਾਨ ਸਾਹਿਬ ਨੂੰ ਮੰਚ ਤੇ ਲੈ ਕੇ ਆਉਣ। ਉਹਨਾਂ ਦੇ ਨਾਲ ਭਾਈ ਅਮਰਜੀਤ ਸਿੰਘ ਜੀ ਚਾਵਲਾ ਸਾਹਿਬ, ਸਭ ਤੋਂ ਅੱਗੇ ਕਾਲੀ ਫਲੈਗ ਚੁੱਕਣ ਵਾਲੀ ਖਿਡਾਰੀ ਮਹਿਕਪ੍ਰੀਤ ਕੌਰ, ਵੀਵਾ ਟੂਰ ਪ੍ਰੋਸੈਸਿੰਗ ਭਾਗ ਪਹਿਲਾਂ ਦੀ ਵਿਦਿਆਰਥਣ, ਜਿਸ ਨੇ ਕਬੱਡੀ ਨੈਸ਼ਨਲ ਸਟਾਈਲ ਦੀ ਖਿਡਾਰਨ ਹੈ ਵਿਸ਼ੇਸ਼ ਪ੍ਰਾਪਤੀਆਂ ਕੀਤੀਆਂ, ਬਾਬਾ ਅਜੇ ਸਿੰਘ ਖਾਲਸਾ ਕਾਲਜ ਗੁਰਦਾਸ ਨਗਰ ਗੁਰਦਾਸਪੁਰ ਦੇ ਖਿਡਾਰੀ, ਉਸ ਤੋਂ ਬਾਅਦ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਫਤਿਹਗੜ੍ਹ ਸਾਹਿਬ, ਇਸ ਦੀ ਅਗਵਾਈ ਕਰ ਰਿਹਾ ਹਰਵਿੰਦਰ ਸਿੰਘ ਜੋ ਨੈਸ਼ਨਲ ਪੱਧਰ ਦਾ ਖਿਡਾਰੀ ਹੈ। ਇਸ ਟੋਲੀ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਪੋਲੀਟੈਕਨਿਕ ਕਾਲਜ ਫਤਿਹਗੜ੍ਹ ਸਾਹਿਬ, ਇਸ ਟੋਲੀ ਦਾ ਅਗਵਾਈ ਕਰ ਰਿਹਾ ਗੋਬਿੰਦ ਸਿੰਘ ਇੰਟਰ ਕਾਲਜ ਦਾ ਉੱਤਮ ਖਿਡਾਰੀ ਰਿਹਾ। ਇਸ ਤੋਂ ਬਾਅਦ ਅੱਗੇ ਜੋ ਟੋਲੀ ਮੰਚ ਤੋਂ ਗੁਜ਼ਰ ਰਹੀ ਹੈ, ਬਾਬਰ ਅਕਾਲੀ ਮੈਮੋਰੀਅਲ ਖਾਲਸਾ ਕਾਲਜ ਗੜ੍ਹ ਸ਼ੰਕਰ, ਕਰਨਵੀਰ ਸਿੰਘ ਵਿਦਿਆਰਥੀ ਕਰ ਰਿਹਾ ਜੋ ਨੈਸ਼ਨਲ ਪੱਧਰ ਦਾ ਕਬੱਡੀ ਦਾ ਖਿਡਾਰੀ ਹੈ, ਭਾਈ ਬਹਿਲੋ ਖਾਲਸਾ ਗਰਲਜ਼ ਕਾਲਜ ਫੱਫੜੇ, ਭਾਈ ਕੇ ਮਾਨਸਾ, ਇਸ ਟੋਲੀ ਦੀ ਅਗਵਾਈ ਜੋਤੀ ਕੌਰ ਕਰ ਰਹੇ ਹਨ ਜੋ ਇੰਟਰ ਕਾਲਜ ਬਾਕਸ ਵਿੱਚ ਤੀਸਰਾ ਸਥਾਨ ਤੇ ਸਟੇਟ ਪੱਧਰ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਖਿਡਾਰੀਆਂ ਦਾ ਤੇ ਜ਼ੋਰਦਾਰ ਤਾੜੀਆਂ ਨਾਲ ਇਹਨਾਂ ਖਿਡਾਰੀਆਂ ਦਾ ਸਵਾਗਤ ਕਰਿਆ ਕਰੋ, ਹੌਸਲਾ ਅਫਜਾਈ ਕਰਿਆ ਕਰੋ। ਭਾਈ ਸੰਗਤ ਸਿੰਘ ਖਾਲਸਾ ਕਾਲਜ ਬੰਗਾ, ਜਿਸ ਦੀ ਅਗਵਾਈ ਸਤਿੰਦਰ ਜੀਤ ਕੌਰ ਰਾਜ ਪੱਧਰੀ ਕਬੱਡੀ ਖਿਡਾਰਨ ਕਰ ਰਹੇ ਹਨ। ਇਸ ਟੋਲੀ ਤੋਂ ਬਾਅਦ ਬੀਬੀ ਸ਼ਰਨ ਕੌਰ ਖਾਲਸਾ ਕਾਲਜ ਸ਼੍ਰੀ ਚਮਕੌਰ ਸਾਹਿਬ, ਜਿਸ ਦੀ ਅਗਵਾਈ ਸਿਮਰਨਜੀਤ ਕੌਰ, ਇਸ ਨੇ 100 ਮੀਟਰ ਵਿੱਚ ਵਿਦਿਆਰਥਣ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਦਸ਼ਮੇਸ਼ ਖਾਲਸਾ ਕਾਲਜ ਜੀਰਕਪੁਰ ਮੋਹਾਲੀ, ਇਸ ਟੀਮ ਦੀ ਅਗਵਾਈ ਹਰਦੀਪ ਸਿੰਘ,
कर रहे हैं। गतका का स्टेट पद्धर का खिडारी है और विशेष मल्ला मारिया गुरु अर्जन देव खालसा कॉलेज चोला साहब तरन तारण के खिडारियों की टीम जिसकी अगवाई मनदीप कौर कर रही है। मंच से अगों गुजरती हुई गुरु गोबिंद सिंह खालसा कॉलेज फॉर विमेन झाट साहब लुधियाना की टीम जिसकी अगवाई दलजीत कौर कर रही है और राज पत्री कई कमांडो खिडारन है। इस तो बाद गुरु गोबिंद सिंह खालसा कॉलेज भगता भाईका बठिंडा इसकी अगवाई प्रभजोत सिंह विद्यार्थी कर रहा जो ऑल इंडिया टाग अवार्ड का खिडारी है। गुरु हरगोबिंद साहब खालसा गर्ल्स कॉलेज करहाली साहब पटियाला के खिडारियों की टीम मंच के अगों गुजरती हुई इसकी अगवाई अमनदीप कौर ताइक्वांडो में जिला पद्धर का दूसरा स्थान हासिल है। इस टोली तो अगे मंच के अगों गुजरती हुई गुरु नानक कॉलेज फॉर गर्ल्स श्री मुक्तसर साहब की टीम जिसकी अगवाई राजविंदर कौर इस विद्यार्थी ने 2017 के वर्ल्ड कप में इस विद्यार्थी गतके में पहला स्थान प्राप्त किया। इस तो बाद गुरु नानक कॉलेज बटाला जिसकी अगवाई जसप्रीत सिंह कर रहे हैं इंटर यूनिवर्सिटी कबड्डी चैंपियन टीम का मैंबर है। गुरु नानक कॉलेज बुढ़ाडा मानसा की टीम इन्होंने खिडारियों की अगवाई जगदीप सिंह कर रहा है जो एनसीसी कैडेट है इस नैशनल पद्धर से आर्मी विंग के कैंपों में भाग लिया है। मंच से अगों गुजरती हुई इस तो अगली टीम है गुरु नानक कॉलेज मोगा और इस टीम की अगवाई कर रहा है खिडारी रणधीर सिंह जिसने 2017-18 इंटर कॉलेज कबड्डी चैंपियन जो रहा है। मोगा तो बाद गुरु नानक खालसा कॉलेज ट्रॉली कलां जलंधर बलजोत कौर अगवाई कर रही है। इस तो बाद खालसा कॉलेज गढ़दी वाला शाहपुर महिंद्रपाल सिंह इस टीम की अगवाई कर रहा है जो बैडमिंटन इंटर जोन पहला जिसने स्थान प्राप्त किया। इस तो बाद जनरल शिवदेव सिंह दीवान गुरबचन सिंह खालसा कॉलेज पटियाला के खिडारियों की टीम जिसकी अगवाई गगनदीप कौर इंटरनेशनल पद्धर से हैंडबाल की खिडारन है। माता दबोत्री खालसा कन्या महाविद्यालय ट्रौली भाई मोगा इस टीम की अगवाई अमनदीप कौर कर रही है। इस टीम तो बाद माता गंगा खालसा गर्ल्स कॉलेज मंजी सर कोटा इस टीम की अगवाई कर रही है पवनदीप कौर इस खिडारन ने सीनियर सिर पद्धर की ਅਤੇ ਪ੍ਰੀ ਆਰ ਡੀ ਐਸ ਕੈਂਪੀਟੀਸ਼ਨ ਦਾ ਹਿੱਸਾ ਲਿਆ। ਇਸ ਤੋਂ ਬਾਅਦ ਮਾਤਾ ਗੁਜਰੀ ਕਾਲ ਸ਼੍ਰੀ ਫਤਿਹਗੜ੍ਹ ਸਾਹਿਬ ਇਸ ਟੀਮ ਦੀ ਅਗਵਾਈ ਕਰ ਰਿਹਾ ਹੈ ਜਸਪ੍ਰੀਤ ਸਿੰਘ ਇੰਟਰ ਯੂਨੀਵਰਸਿਟੀ ਗੱਤਕਾ ਚੈਂਪੀਅਨ ਹੈ ਔਰ ਇਸ ਦੇ ਨਾਲ ਹੀ ਮਾਤਾ ਗੁਜਰੀ ਖਾਲਸਾ ਕਾਲਜ ਕਰਤਾਰਪੁਰ ਜਲੰਧਰ ਜਿਹੜਾ ਕਾਲਜ ਸਾਡੇ ਇਸ ਪਹਿਲਾ ਕਾਲਜ ਸੀ ਕਰਤਾਰਪੁਰ ਉਸ ਕਾਲਜ ਦੀ ਟੀਮ ਮੰਚ ਤੇ ਅੱਗੇ ਗੁਜਰਦੀ ਹੋਈ ਔਰ ਇਸ ਟੀਮ ਦੀ ਅਗਵਾਈ ਕਰ ਰਿਹਾ ਹੈ ਮਿਲਣਪ੍ਰੀਤ ਸਿੰਘ ਟਾਗਾ ਵਾਰਡ ਦਾ ਜ਼ਿਲ੍ਹਾ ਪੱਧਰੀ ਚੈਂਪੀਅਨ। ਮਾਤਾ ਸਾਹਿਬ ਕੌਰ ਗਰਲਸ ਕਾਲਜ ਕਹਿਲ ਬਰਨਾਲਾ ਔਰ ਇਸ ਟੀਮ ਦੀ ਅਗਵਾਈ ਕਰ ਰਹੀ ਹੈ ਲੜਕੀ ਖਿਡਾਰਨ ਮਨਵੀਰ ਕੌਰ ਜੋ ਸਟੇਟ ਲੈਵਲ ਦੀ ਹਾਕੀ ਖਿਡਾਰਨ ਹੈ। ਇਸ ਤੋਂ ਬਾਅਦ ਮਾਤਾ ਸਾਹਿਬ ਕੌਰ ਗਰਲਸ ਕਾਲਜ ਤਲਵੰਡੀ ਭਾਈ ਇਸ ਟੀਮ ਦੀ ਅਗਵਾਈ ਨਵਦੀਪ ਕੌਰ ਜੋ ਸਟੇਟ ਲੈਵਲ ਦੀ ਕਬੱਡੀ ਖਿਡਾਰਨ ਹੈ। ਇਸ ਟੋਲੀ ਤੋਂ ਬਾਅਦ ਮੰਚ ਤੇ ਅੱਗੋਂ ਗੁਜਰਦੀ ਹੋਈ ਮਾਤਾ ਸਾਹਿਬ ਕੌਰ ਗਰਲਸ ਕਾਲਜ ਤਲਵੰਡੀ ਸਾਬੋ ਦੀਆਂ ਖਿਡਾਰਨਾਂ ਦੀ ਟੀਮ ਜਿਸਦੀ ਅਗਵਾਈ ਦਿਲਜੋਤ ਕੌਰ ਜੋ ਆਲ ਇੰਡੀਆ ਇੰਟਰ ਯੂਨੀਵਰਸਿਟੀ ਗੋਲਡ ਮੈਡਲਿਸਟ ਹੈ। ਇਸ ਤੋਂ ਬਾਅਦ ਮਾਤਾ ਸਾਹਿਬ ਕੌਰ ਖਾਲਸਾ ਗਰਲਸ ਕਾਲਜ ਆਫ ਐਜੂਕੇਸ਼ਨ ਧਾਮੋ ਮਾਜਰਾ ਪਟਿਆਲਾ ਜਿਸ ਦੀ ਅਗਵਾਈ ਰਤਿੰਦਰ ਕੌਰ ਕਰ ਰਹੀ ਹੈ ਇਹ ਵਿਦਿਆਰਥੀ ਟੇਬਲ ਟੈਨਿਸ ਦੀ ਜ਼ਿਲ੍ਹਾ ਪੱਧਰੀ ਖਿਡਾਰਨ ਹੈ। ਮਾਤਾ ਸੁੰਦਰੀ ਖਾਲਸਾ ਗਰਲਸ ਕਾਲਜ ਨੀਤ ਸਿੰਘ ਕਰਨਾਲ ਇਸ ਟੀਮ ਦੀ ਅਗਵਾਈ
ਪ੍ਰਭਜੋਤ ਕੌਰ ਕਰ ਰਹੀ ਹੈ ਜਿਸਨੇ ਸੱਭਿਆਚਾਰਕ ਗਤੀਵਿਧੀਆਂ ਵਿੱਚ ਤੀਸਰਾ ਸਥਾਨ ਪ੍ਰਾਪਤ ਕੀਤਾ ਔਰ ਮੇਰੀ ਪ੍ਰੀ ਖਾਲਸਾ ਕਾਲਜ ਪਧੌੜ ਬਰਨਾਲਾ ਦੀ ਟੀਮ ਜਿਸ ਦੀ ਅਗਵਾਈ ਗੁਰਪ੍ਰੀਤ ਸਿੰਘ ਜੀ ਕਰ ਰਹੇ ਹਨ ਸੰਤ ਬਾਬਾ ਗਰੀਬ ਸਿੰਘ ਮੈਮੋਰੀਅਲ ਖਾਲਸਾ ਕਾਲਜ ਦਵੇਲੀ ਕਪੂਰਥਲਾ ਦੇ ਖਿਡਾਰੀਆਂ ਦੀ ਟੀਮ ਚੋਂ ਮੰਚ ਦੇ ਅੱਗੋਂ ਗੁਜ਼ਰਦੀ ਹੋਈ ਔਰ ਇਸ ਟੀਮ ਦੀ ਅਗਵਾਈ ਅਨੀਪ੍ਰੀਤ ਸਿੰਘ ਖਾਲਸਾ ਕਰ ਰਿਹਾ ਹੈ ਜੋ ਟੱਕ ਅਵਾਰਡ ਦਾ ਖਿਡਾਰੀ ਹੈ ਇਸ ਤੋਂ ਬਾਅਦ ਸ਼ਹੀਦ ਬਾਬਾ ਜੀਵਨ ਸਿੰਘ ਖਾਲਸਾ ਕਾਲਜ ਸਤਲਾਣੀ ਸਾਹਿਬ ਖਿਡਾਰੀਆਂ ਦੀ ਟੀਮ ਜਿਸ ਦੀ ਅਗਵਾਈ ਅਮਰਜੀਤ ਸਿੰਘ ਕਰ ਰਿਹਾ ਇਹ ਵੀ ਵਿਦਿਆਰਥੀ ਇੰਟਰ ਕਾਲਜ ਕ੍ਰਾਸ ਕੰਟਰੀ ਦਾ ਚੈਂਪੀਅਨ ਹੈ ਔਰ ਇਸ ਤੋਂ ਬਾਅਦ ਪਹਿਲੀ ਵਾਰ ਇਸ ਮਾਰਚ ਪਾਸਟ ਦੇ ਵਿੱਚ ਚਿੱਟਾ ਹਿੱਸਾ ਲੈ ਰਹੀ ਸਾਡੇ ਐਸ ਜੀ ਪੀ ਸੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਜੀ ਲੰਬੋਵਾਲ ਜੀ ਦੇ ਯਤਨਾ ਸਦਕਾ ਖੋਲ੍ਹੇ ਹੋਏ ਕਾਲਜ ਸ਼ਹੀਦ ਭਾਈ ਮਨੀ ਸਿੰਘ ਖਾਲਸਾ ਕਾਲਜ ਲੰਬੋਵਾਲ ਦੇ ਖਿਡਾਰੀਆਂ ਦੀ ਟੀਮ ਜਿਸ ਦੀ ਅਗਵਾਈ ਪ੍ਰੀਤ ਕੌਰ ਜੋ ਸਟੇਟ ਪੱਧਰੀ ਹੈਂਡਬਾਲ ਖਿਡਾਰਨ ਹੈ ਕਰ ਰਹੀ ਹੈ ਮੰਚ ਦੇ ਅੱਗੋਂ ਗੁਜ਼ਰਦੀ ਹੋਈ ਇਸ ਤੋਂ ਬਾਅਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਜਿਸ ਦੀ ਅਗਵਾਈ ਗੁਰਪ੍ਰੀਤ ਸਿੰਘ ਦੋ ਵਾਰ ਨੌਰਥ ਜੋਨ ਇੰਟਰ ਯੂਨੀਵਰਸਿਟੀ ਵਿੱਚ ਇਸ ਵਿਦਿਆਰਥੀ ਨੇ ਭਾਗ ਲਿਆ ਇਸ ਤੋਂ ਬਾਅਦ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਖਾਲਸਾ ਕਾਲਜ ਪੰਜੋਕੜਾ ਸਾਹਿਬ ਅੰਬਾਲਾ ਅਮਨਪ੍ਰੀਤ ਸਿੰਘ ਇੰਟਰ ਕਾਲਜ ਹਾਕੀ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਆਕੜ ਪਟਿਆਲਾ ਹਰਸੁਖਮਨ ਕੌਰ ਸਟੇਟ ਲੈਵਲ 'ਤੇ ਇਸ ਦੀ ਚੈਂਪੀਅਨ ਹੈ ਔਰ ਇਸ ਟੁਕੜੀ ਤੋਂ ਬਾਅਦ ਤ੍ਰੈ ਸ਼ਤਾਬਦੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਰਾਮਸਰ ਅੰਮ੍ਰਿਤਸਰ ਜਿਹਦੀ ਅਗਵਾਈ ਸਿਮਰਨਜੀਤ ਮਾਰਚ ਪਾਸ ਦੇ ਅੰਤ ਵਿੱਚ ਇਹ ਮੇਜ਼ਬਾਨ ਕਾਲਜ ਦੀ ਟੀਮ ਸ਼੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਸ਼੍ਰੀ ਅਨੰਦਪੁਰ ਸਾਹਿਬ ਦੇ ਖਿਡਾਰੀਆਂ ਦੀ ਟੀਮ ਜਿਸਦੀ ਅਗਵਾਈ ਗੁਰਮੁਖ ਸਿੰਘ ਕਰ ਰਿਹਾ ਔਰ ਇਸ ਵਿਦਿਆਰਥੀ ਨੇ ਐਨ ਸੀ ਸੀ ਕੈਡਟ ਜਿਸਨੇ ਨੈਸ਼ਨਲ ਕੈਂਪ ਵਿੱਚ ਭਾਗ ਲਿਆ ਅਤੇ ਟਾਕਾ ਬਾਰ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਔਰ ਇੱਥੇ ਮੈਂ ਬੜੇ ਮਾਣ ਦੇ ਨਾਲ ਮੈਨੂੰ ਦੱਸਣ ਦੇ ਵਿੱਚ ਇਹ ਵੀ ਖੁਸ਼ੀ ਹੋਈ ਹੈ ਪ੍ਰਧਾਨ ਸਾਹਿਬ ਕਿ ਇਸ ਵਾਰੀ ਪਹਿਲੀ ਵਾਰ ਅਸੀਂ ਪੰਜਾਬੀ ਯੂਨੀਵਰਸਿਟੀ ਵਿੱਚ ਜਿਸ ਦੇ ਵਿੱਚ 250 ਕਾਲਜਾਂ ਨੇ ਹਿੱਸਾ ਲਿਆ ਵਿੱਚ ਸਾਡੀਆਂ ਲੋਕ ਖੇਡਾਂ ਦੇ ਵਿੱਚ ਇਸ ਕਾਲਜ ਨੇ ਓਵਰਆਲ ਦੂਸਰਾ ਸਥਾਨ ਪ੍ਰਾਪਤ ਕੀਤਾ ਹੈ ਇਸ ਕਾਲਜ ਨੇ ਬਹੁਤ ਵੱਡੀ ਪ੍ਰਾਪਤੀ ਹੈ ਇਹਨਾਂ ਖਿਡਾਰੀਆਂ ਦੀ ਕਾਲਜਾਂ ਤੋਂ ਜੇ ਪ੍ਰਿੰਸੀਪਲ ਸਾਹਿਬਾਨ ਆਏ ਹਨ ਸਾਰੇ ਮੰਚ ਦੇ ਉੱਤੇ ਸ਼ੋਭਤ ਹਨ ਸਭ ਤੋਂ ਪਹਿਲਾਂ ਸੁਖਦੀਪ ਕੌਰ ਜ਼ੋਰਦਾਰ ਤਾੜੀਆਂ ਦੇ ਨਾਲ ਸੁਖਦੀਪ ਕੌਰ ਐਮ ਏ ਪੰਜਾਬੀ ਵਿਭਾਗ ਪਹਿਲਾਂ ਦੀ ਕਬੱਡੀ ਨੈਸ਼ਨਲ ਸਟਾਈਲ ਖਿਡਾਰਨ ਔਰ ਉਸ ਦੇ ਨਾਲ ਸੁਖਵਿੰਦਰ ਕੌਰ ਐਮ ਏ ਪੌਲ ਸਾਇੰਸ ਵਿਭਾਗ ਪਹਿਲਾਂ ਦੀ ਵਿਦਿਆਰਥਣ ਹੈ ਇਹ ਵੀ ਨੈਸ਼ਨਲ ਕਬੱਡੀ ਦੀ ਖਿਡਾਰਨ ਹੈ ਇਸ ਦੇ ਨਾਲ ਅੱਗੇ ਅੰਮ੍ਰਿਤ ਕੌਰ ਉਸ ਮਿਸਾਲ ਦੇ ਕਾਫਲੇ ਦੇ ਵਿੱਚ ਸ਼ਾਮਿਲ ਹੋ ਰਹੇ ਹਨ ਮਨਜੀਤ ਕੌਰ ਸ਼ੋਭਾ ਰਾਣੀ ਔਰ ਇਸ ਤੋਂ ਅੱਗੇ ਜਿਹੜੇ ਉਹ ਖਿਡਾਰੀ ਹਨ ਸਾਡੇ ਮਨਦੀਪ ਸਿੰਘ ਔਰ ਅਮਨਦੀਪ ਸਿੰਘ ਇਹ ਸਾਰੇ ਖਿਡਾਰੀ ਇਸ ਮਿਸਾਲ ਨੂੰ ਲੈ ਕੇ ਉਸ ਸਥਾਨ ਦੇ ਉੱਤੇ ਜਾ ਰਹੇ ਹਨ ਜਿੱਥੇ ਇਸ ਮਿਸਾਲ ਨੂੰ ਪ੍ਰਚੰਡ ਕਰਨਾ ਹੈ ਇਹ ਰਸਮ ਹੋਣੀ ਅਤੇ ਰੱਸਾਕਸੀ ਵਿੱਚ ਨੈਸ਼ਨਲ ਪੱਧਰ ਉੱਤੇ ਗੋਲਡ ਮੈਡਲ ਪ੍ਰਾਪਤ ਕੀਤਾ ਸਹੁੰ ਚੁੱਕੇ ਦੀ ਗੁਰਦੀਪ ਕੌਰ ਕਰਦਾ ਹਾਂ
ਰਸਮ ਅਦਾ ਹੋਈ ਹੈ ਔਰ ਇਸ ਦੇ ਨਾਲ ਹੀ ਜੋ ਇਸ ਖੇਡਾਂ ਨਾਲ ਸੰਬੰਧਿਤ ਸੁਵਿਧਾ ਪਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰਵਾਈਆਂ ਜਾ ਰਹੀਆਂ 15ਵੀਆਂ ਖਾਲਸਾਈ ਖੇਡਾਂ ਵਿੱਚ ਅੱਜ ਦੇ ਮੁੱਖ ਮਹਿਮਾਨ ਭਾਈ ਗੋਬਿੰਦ ਸਿੰਘ ਜੀ ਲੌਂਗੋਵਾਲ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਈ ਅਮਰਜੀਤ ਸਿੰਘ ਜੀ ਚਾਵਲਾ ਸਾਬਕਾ ਜਨਰਲ ਸਕੱਤਰ ਅਤੇ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਜੀ ਗਿਆਨੀ ਫੁੱਲਾ ਸਿੰਘ ਜੀ ਡਾਕਟਰ ਗੁਰਮੋਹਨ ਸਿੰਘ ਵਾਲੀਆ ਜੀ ਵਾਈਸ ਚਾਂਸਲਰ ਖਾਲਸਾ ਯੂਨੀਵਰਸਿਟੀ ਸ੍ਰੀ ਅੰਮ੍ਰਿਤਸਰ ਸਰਦਾਰ ਅਵਤਾਰ ਸਿੰਘ ਸੈਂਪਲਾ ਜੀ ਸਕੱਤਰ ਸਿੱਖਿਆ ਸਰਦਾਰ ਦਰਸ਼ਨ ਸਿੰਘ ਜੀ ਵੱਖ ਵੱਖ ਕਾਲਜਾਂ ਤੋਂ ਆਏ ਪ੍ਰਿੰਸੀਪਲ ਸਾਹਿਬਾਨ ਪ੍ਰੋਫੈਸਰ ਸਾਹਿਬਾਨ ਭੁਪਿੰਦਰ ਸਿੰਘ ਚਾਨਾ ਜੀ ਪ੍ਰਧਾਨ ਪ੍ਰੈਸ ਕਲੱਬ ਉਹਨਾਂ ਦੀ ਸਮੁੱਚੀ ਟੀਮ ਬਹੁਤ ਪਿਆਰੇ ਵਿਦਿਆਰਥੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਲਈ ਬੜੇ ਮਾਣ ਅਤੇ ਖੁਸ਼ੀ ਦੀ ਗੱਲ ਹੈ ਕਿ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 15ਵੀਆਂ ਖਾਲਸਾਈ ਖੇਡਾਂ ਦਾ ਆਯੋਜਨ ਕਰਨ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਨੂੰ ਮਾਣ ਬਖਸ਼ਿਆ ਗੁਰੂ ਨਾਨਕ ਦੇਵ ਜੀ ਨੇ ਕਿਰਤ ਕਰੋ ਨਾਮ ਜਪੋ ਅਤੇ ਵੰਡ ਛਕੋ ਦਾ ਉਹ ਉਪਦੇਸ਼ ਦਿੱਤਾ ਜਿਸ ਦਾ ਫਲਸਫਾ ਐਡਾ ਵੱਡਾ ਹੈ ਕਿ ਦੁਨੀਆ ਦੀ ਹੋਰ ਕੋਈ ਫਿਲੋਸਫੀ ਇਸ ਦੀ ਬਰਾਬਰੀ ਨਹੀਂ ਕਰ ਸਕਦੀ ਹਿੰਦੀ ਚਾਦਰ ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਂ 'ਤੇ ਚੱਲ ਰਿਹਾ ਇਹ ਕਾਲਜ ਇਸ ਲਈ ਵੀ ਖੁਸ਼ੀਆਂ ਮਨਾ ਰਿਹਾ ਕਿਉਂਕਿ ਇਸ ਸਾਲ ਸਾਡੀ ਗੋਲਡਨ ਜੁਬਲੀ ਹੈ ਅਤੇ ਪ੍ਰਧਾਨ ਸਾਹਿਬ ਇਹ ਦੱਸਦਿਆਂ ਮੈਨੂੰ ਫਖਰ ਮਹਿਸੂਸ ਹੋ ਰਿਹਾ ਹੈ ਕਿ ਇਸ ਸਮੇਂ ਕਾਲਜ ਆਪਣੇ ਗੋਲਡਨ ਪੀਰੀਅਡ ਵਿੱਚੋਂ ਲੰਘ ਰਿਹਾ ਹੈ ਅਕਾਦਮਿਕ ਖੇਤਰ ਵਿੱਚ ਖੇਡਾਂ ਦੇ ਖੇਤਰ ਵਿੱਚ ਅਤੇ ਸੱਭਿਆਚਾਰਕ ਖੇਤਰ ਵਿੱਚ ਕਾਲਜ ਦੇ ਵਿਦਿਆਰਥੀਆਂ ਅਤੇ ਸਟਾਫ ਦੀ ਸਖ਼ਤ ਮਿਹਨਤ ਸਦਕਾ ਇਹ ਕਾਲਜ ਪੰਜਾਬ ਦੇ ਵੱਡੇ ਨਾਮੀ ਕਾਲਜਾਂ ਦੇ ਦੀ ਬਰਾਬਰੀ ਕਰਨ ਦੇ ਯੋਗ ਹੋਇਆ ਇਸ ਵਿੱਚ ਮੈਨੇਜਮੈਂਟ ਦੀ ਵਿਸ਼ੇਸ਼ ਯੋਗ ਅਗਵਾਈ ਅਤੇ ਹੱਲਾਸ਼ੇਰੀ ਲਈ ਮੈਂ ਧੰਨਵਾਦ ਕਰਨਾ ਮੈਂ ਵੱਖ ਵੱਖ ਕਾਲਜਾਂ ਦੇ ਪ੍ਰਿੰਸੀਪਲ ਸਾਹਿਬਾਨ ਪ੍ਰੋਫੈਸਰ ਸਾਹਿਬਾਨ ਅਤੇ ਉਹਨਾਂ ਵਿਦਿਆਰਥੀਆਂ ਨੂੰ ਜੀਆਇਆ ਕਹਿਣਾ ਕਹਿੰਦਿਆਂ ਮਾਣ ਮਹਿਸੂਸ ਕਰ ਰਿਹਾ ਜਿਨ੍ਹਾਂ ਨੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਆਪਣਾ ਪੂਰਾ ਯੋਗਦਾਨ ਪਾਇਆ ਗਰਾਊਂਡ ਵਿੱਚ ਬੈਠੇ ਇਹ ਵਿਦਿਆਰਥੀ ਆਪਣੀਆਂ ਬਹੁਤ ਖੂਬਸੂਰਤ ਪੋਸ਼ਾਕਾਂ ਵਿੱਚ ਇਸ ਮੇਲੇ ਵਿੱਚ ਰੰਗ ਬਣ ਰਹੇ ਹਨ ਤੁਹਾਡਾ ਸਾਰਿਆਂ ਦਾ ਪਿਆਰੇ ਵਿਦਿਆਰਥੀਓ ਜੀਆਇਆਂ ਨੂੰ ਵੈਲਕਮ ਸਰ ਇਸ ਕਾਲਜ ਨੇ ਪਿਛਲੇ ਕੁਝ ਸਮੇਂ ਵਿੱਚ ਬਾ ਕਮਾਲ ਪ੍ਰਾਪਤੀਆਂ ਕੀਤੀਆਂ ਹਨ ਜਿਨ੍ਹਾਂ ਵਿੱਚ ਕੁਝ ਇਸ ਤਰ੍ਹਾਂ ਹਨ ਇਸ ਸਾਲ ਕਾਲਜ ਦੀਆਂ ਵੱਖ ਵੱਖ ਟੀਮਾਂ ਕਬੱਡੀ ਨੈਸ਼ਨਲ ਸਟਾਈਲ ਵੇਟ ਲਿਫਟਿੰਗ ਪਾਵਰ ਲਿਫਟਿੰਗ ਬੈਡਮਿੰਟਨ ਟੇਬਲ ਟੈਨਿਸ ਵਾਲੀਬਾਲ ਹਾਕੀ ਫੁੱਟਬਾਲ ਚੈਸ ਜੂਡੋ ਅਤੇ ਰੱਸਾਕਸੀ ਮੁਕਾਬਲਿਆਂ ਵਿੱਚ ਅੰਤਰ ਕਾਲਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਖਾਲਸਾਈ ਖੇਡਾਂ ਵਿੱਚ ਹਿੱਸਾ ਲੈ ਰਹੀਆਂ ਹਨ ਕਾਲਜ ਦੀ ਲੜਕੀਆਂ ਦੀ ਨੈਸ਼ਨਲ ਸਟਾਈਲ ਕਬੱਡੀ ਟੀਮ ਨੇ ਸੁਖਵਿੰਦਰ ਕੌਰ ਸੁਖਦੀਪ ਕੌਰ ਅਤੇ ਮਨਜੀਤ ਕੌਰ ਨੇ ਆਲ ਇੰਡੀਆ ਇੰਟਰ ਯੂਨੀਵਰਸਿਟੀ ਮੁਕਾਬਲੇ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਟੀਮ ਵਿੱਚ ਭਾਗ ਲਿਆ ਜਿਸ ਵਿੱਚ ਕਾਲਜ ਦੀ ਖਿਡਾਰਨ ਗੁਰਦੀਪ ਕੌਰ ਨੇ ਸਿਲਵਰ ਮੈਡਲ ਪ੍ਰਾਪਤ ਕੀਤਾ ਕਾਲਜ ਦੀ ਰੱਸਾਕਸੀ ਦੀ ਟੀਮ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੁਆਰਾ ਕਰਵਾਈਆਂ ਗਈਆਂ ਲੋਕ ਖੇਡਾਂ ਵਿੱਚ ਗੋਲਡ ਮੈਡਲ ਪ੍ਰਾਪਤ ਕੀਤਾ ਇਸ ਤੋਂ ਇਲਾਵਾ ਅੰਤਰ ਕਾਲਜ ਰੱਸਾਕਸੀ ਮੁਕਾਬਲਿਆਂ ਵਿੱਚ ਸਿਲਵਰ ਮੈਡਲ ਪ੍ਰਾਪਤ ਕੀਤਾ ਕਾਲਜ ਦੀ ਟੀਮ ਦੇ 3 ਖਿਡਾਰੀਆਂ ਦੀ ਚੋਣ ਸੀਨੀਅਰ ਨੈਸ਼ਨਲ ਮੁਕਾਬਲੇ ਅਤੇ ਅੰਤਰ ਯੂਨੀਵਰਸਿਟੀ ਮੁਕਾਬਲਿਆਂ ਲਈ ਕੀਤੀ ਗਈ ਅਤੇ ਇਹਨਾਂ ਖਿਡਾਰੀਆਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਟੀਮ ਵੱਲੋਂ ਖੇਡਦੇ ਹੋਏ ਗੋਲਡ ਮੈਡਲ ਪ੍ਰਾਪਤ ਕੀਤਾ ਹੈ ਕਾਲਜ ਦੀ ਐਥਲੈਟਿਕ ਟੀਮ ਨੇ ਅੰਤਰ ਕਾਲਜ 13ਵੀਆਂ 14ਵੀਆਂ ਖਾਲਸਾਈ ਖੇਡਾਂ ਵਿੱਚ ਅੰਮ੍ਰਿਤ ਕੌਰ ਬੈਸਟ ਅਥਲੀਟ ਰਹੀ ਰਾਜ ਪੱਧਰੀ ਮੈਨ ਫੈਸਟੀਵਲ ਵਿੱਚ ਕਾਲਜ ਦੀ ਐਥਲੈਟਿਕ ਟੀਮ ਨੇ ਵਧੀਆ ਪ੍ਰਦਰਸ਼ਨ ਕਰਦੇ ਹੋਏ ਰਿਲਾਇੰਸ ਕੱਪ ਦੀ 5 ਦੀਆਂ 5 ਜਿਹੜੀਆਂ ਟਰਾਫੀਆਂ ਨੇ ਵੱਖ ਵੱਖ ਖੇਤਰਾਂ ਵਿੱਚ ਅਤੇ ਓਵਰਆਲ ਟਰਾਫੀ ਹਾਸਲ ਕੀਤੀ ਬਹੁਤ ਵੱਡੇ ਮਾਰਜਨ ਨਾਲ ਅਤੇ ਇੰਟਰ ਕਾਲਜ ਮੁਕਾਬਲੇ ਜਿਹੜੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਕਰਵਾਏ ਗਏ ਸੀ 2 ਦਿਨ ਪਹਿਲਾਂ ਉਹਦੇ 'ਚ ਅਸੀਂ 240 ਕਾਲਜਾਂ 'ਚ ਸਰ ਸੈਂਕਟ ਰਹੇ ਹਾਂ ਉਹ ਸਾਰਾ ਸਿਹਰਾ ਇਸ ਕਾਲਜ ਦੇ ਬਹੁਤ ਮਿਹਨਤੀ ਸਟਾਫ ਵਿਦਿਆਰਥੀਆਂ ਦੀ ਮਿਹਨਤ ਕਰਨ ਅਤੇ ਤੁਹਾਡੀ ਯੋਗ ਅਗਵਾਈ ਸਦਕਾ ਹੀ ਹੋ ਸਕਿਆ ਹੈ ਚੱਲ ਰਹੇ
ਤੱਤੀ ਕਾਲਜਾਂ ਦੇ ਅਥਲੀਟਸ ਦੇ ਅੱਜ ਇਸ 15ਵੇਂ ਖੇਡ ਖਾਲਸੇ ਖੇਡ ਉਤਸਵ ਦੇ ਮੌਕੇ 'ਤੇ ਪਹੁੰਚੇ ਸਾਡੇ ਮੁੱਖ ਮਹਿਮਾਨ ਡਾਕਟਰ ਗੁਰਮੋਹਨ ਸਿੰਘ ਵਾਲੀਆ ਜਿਹੜੇ ਕਿ ਇਹਨਾਂ ਖੇਡਾਂ ਦੇ ਬਾਨੀ ਪ੍ਰਿੰਸੀਪਲ ਸੀ ਜੋ 2001 ਸ਼ੁਰੂ ਹੋਏ ਸੀ ਮਾਤਾ ਗੁਰੀ ਕਾਲਜ ਦਾ ਪ੍ਰਿੰਸੀਪਲ ਦੇ ਬਾਹਰੋਂ ਆਏ ਸਾਰੇ ਹੀ ਕਾਲਜ ਦੇ ਪ੍ਰਿੰਸੀਪਲ ਸਾਹਿਬਾਨ ਟੀਚਰ ਸਾਹਿਬਾਨ ਅਤੇ ਵਿਦਿਆਰਥੀਓ ਲੋਕਲ ਪ੍ਰੈਸ ਦੇ ਸਾਰੇ ਨੁਮਾਇੰਦੇ ਸਭ ਤੋਂ ਪਹਿਲਾਂ ਛੋਟੇ ਸਾਹ ਭਾਈ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਇੰਸਟੀਚਿਊਟ ਦੇ ਇਤਿਹਾਸ 'ਚ ਬਹੁਤ ਤਰ੍ਹਾਂ ਸੁਨਹਿਰੀ ਦੇਣਾ ਹੈ ਕਿ 15ਵਾਂ ਖਾਲਸਾਈ ਖੇਡ ਉਤਸਵ ਜਿਹੜਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਿਤ ਹੈ। ਇਸ ਦੇ ਨਾਲ ਹੋਰ ਵੀ ਇਹ ਖੁਸ਼ੀ ਦੀ ਗੱਲ ਹੈ, ਇਹ ਸੰਸਥਾ ਜਿੱਥੇ ਆਪਾਂ ਸਾਰੇ ਬੈਠੇ ਹਾਂ ਅੱਜ, ਇਸ ਦਾ ਇਹ 50ਵਾਂ ਸਾਲ ਇਹ ਗੋਲਡਨ ਰੂਪ ਮਨਾਈ ਜਾ ਰਹੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਾ ਕੇ ਮਸਤਕ ਭਾਵ ਸਿਰ ਸੇਵਾ ਲਾਇਆ, ਗੁਰੂ ਆਖ ਅਨੁਸਾਰ ਅਕਾਲ ਪੁਰਖ ਦੀ ਮਹਾਨ ਬਖਸ਼ਿਸ਼ ਸਦਕਾ ਆਪ ਜੀ ਵਰਗੇ ਆਪ ਦਿਆਣਾ ਦਾ ਕੁਸ਼ਲ ਪ੍ਰਬੰਧਕ, ਗੁਰੂ ਘਰ ਦੇ ਅਨਿਲ ਸੇਵਕ ਅਤੇ ਸਰਬਪੱਖੀ ਉੱਚ ਕਰਤਾਰੀ ਸ਼ਖਸੀਅਤ ਨੇ, ਅਜੀਮ ਵਿਅਕਤੀਤਵ ਦੇ ਮਾਲਕ ਦਰਵੇਸ਼ ਸ਼ਖਸੀਅਤ ਅਤੇ ਹਰਮਨ ਪਿਆਰੇ ਸੰਤ ਹਰਚੰਦ ਸਿੰਘ ਜੀ ਲੌਂਗੋਵਾਲ ਤੋਂ ਗੁੱਟੀ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਸਰਗਰਮ ਵਰਕਰ ਵਜੋਂ ਪਾਰਟੀ ਦੀਆਂ ਸਿਆਸੀ ਗਤੀਵਿਧੀਆਂ ਵਿੱਚ ਹਮੇਸ਼ਾ ਵੱਧ ਚੜ੍ਹ ਕੇ ਭਾਗ ਲਿਆ। ਧਨੌਲਾ ਹਲਕੇ ਦੇ ਸੂਝਵਾਨ ਵੋਟਰ ਵੱਲੋਂ ਆਪ ਜੀ ਦੀ ਆਦਰਸ਼ਵਾਦੀ ਅਤੇ ਇਲਾਕੇ ਵਿੱਚ ਕੀਤੇ ਸ਼ਲਾਘਾਯੋਗ ਕਾਰਜਾਂ ਸਦਕਾ ਆਪਣੇ ਇਲਾਕੇ ਦੇ ਲੋਕ ਹਿਤੈਸ਼ੀ ਸਿਆਸਤਦਾਨ ਹੋਣ ਕਰਕੇ 3 ਵਾਰ ਆਪ ਜੀ ਨੂੰ MLA ਚੁਣਿਆ। ਆਪ ਜੀ ਦੀ ਨਿਮਰਤਾ ਅਤੇ ਸੇਵਾ ਭਾਵਨਾ ਕਰਕੇ ਆਪ ਜੀ ਨੂੰ ਪੰਜਾਬ ਸਰਕਾਰ ਵਿੱਚ ਸਿੰਚਾਈ ਮੰਤਰੀ ਬਣਨ ਦਾ ਮਾਣ ਪ੍ਰਾਪਤ ਹੋਇਆ। ਇਸ ਤੋਂ ਇਲਾਵਾ ਚੇਅਰਮੈਨ ਮਾਰਫਟ ਅਤੇ ਜ਼ਿਲ੍ਹਾ ਯੋਜਨਾ ਬੋਰਡ ਸੰਗਰੂਰ ਦੇ ਅਹੁਦਿਆਂ 'ਤੇ ਆਪ ਵਿਰਾਜਮਾਨ ਰਹੇ। ਇਸ ਉਪਰੰਤ 2015 ਵਿੱਚ ਆਪ ਧੂਰੀ ਹਲਕੇ ਤੋਂ ਮੁੜ ਵਿਧਾਇਕ ਚੁਣੇ ਗਏ। ਆਪ ਜੀ ਦੀ ਜਨ ਸਧਾਰਨ ਵਿੱਚ ਵੱਧਦੀ ਮਕਬੂਲੀਅਤ ਅਤੇ ਧਾਰਮਿਕ ਪ੍ਰਵਿਰਤੀ ਨੂੰ ਦੇਖਦੇ ਹੋਏ ਆਪ ਜੀ ਨੂੰ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਧਾਨ ਵੱਲੋਂ ਸੇਵਾ ਭਾਵ ਦਾ ਸੁਭਾਗ ਪ੍ਰਾਪਤ ਹੋਇਆ ਹੈ। ਆਪ ਨੇ ਸਿੱਖ ਪੰਥ ਦੇ ਹਿੱਤਾਂ ਨੂੰ ਤਰਜੀਹ ਦਿੰਦੇ ਹੋਏ ਜਾਤ ਪਾਤ ਦੇ ਕੋਹੜ ਨੂੰ ਜੜੋਂ ਕੱਟਣ ਲਈ ਇੱਕ ਪਿੰਡ ਇੱਕ ਗੁਰਦੁਆਰਾ ਦੀ ਰੀਤ ਚਲਾਈ। ਸਿੱਖ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਲਈ 3 ਤਖ਼ਤ ਸਾਹਿਬਾਨਾਂ ਦੇ ਸਬ ਆਫਿਸ ਬਣਾ ਕੇ ਧਾਰਮਿਕ ਲਹਿਰ ਨੂੰ ਵਧੇਰੇ ਪ੍ਰਚੰਡ ਕੀਤਾ। ਇਸ ਦੇ ਨਾਲ ਹੀ ਪਾਠ ਗੋਰ ਪ੍ਰੋਗਰਾਮ ਸ਼ੁਰੂ ਕਰਨਾ, ਪਿੰਡਾਂ ਵਿੱਚ ਮੁਫ਼ਤ ਮੈਡੀਕਲ ਕੈਂਪ ਲਗਾਉਣਾ, ਕੇਰਲ ਹੱਕ ਪੀੜਤਾਂ ਦੀ ਮਦਦ ਕਰਨਾ ਅਤੇ ਵਿਦਿਅਕ ਸੰਸਥਾਵਾਂ ਦੀ ਬਿਹਤਰੀ ਲਈ ਸ਼ਲਾਘਾਯੋਗ ਕਦਮ ਚੁੱਕਣਾ ਆਪ ਜੀ ਦੀ ਉੱਤਮ ਕਾਰਜਸ਼ੈਲੀ ਵੱਲ ਸੰਕੇਤ ਕਰਦੇ ਹਨ। ਖਾਲਸੇ ਦੀ ਜਨਮ ਅਤੇ ਕਰਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਥਾਪਿਤ ਸ਼੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਸ੍ਰੀ ਅਨੰਦਪੁਰ ਸਾਹਿਬ ਦੇ ਗੋਲਡਨ ਜੁਬਲੀ ਵਰ੍ਹੇ ਅਤੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 15ਵੇਂ ਖਾਲਸਾਈ ਖੇਡ ਉਤਸਵ ਦੇ ਮੌਕੇ ਮਿਤੀ 4 ਤੋਂ 6 ਨਵੰਬਰ 2018 ਨੂੰ ਆਪ ਜੀ ਨੂੰ ਮਾਣ ਪੱਤਰ ਭੇਟ ਕਰਨ ਦੀ ਖੁਸ਼ੀ ਲੈ ਰਹੇ ਹਾਂ। ਆਪ ਜੀ ਜਿਹੇ ਸੰਤ ਸੁਭਾਅ ਅਤੇ ਪੰਥ ਹਿਤੈਸ਼ੀ ਦੀਆਂ ਸੇਵਾਵਾਂ ਤੇ ਸਮੂਹ ਸਿੱਖ ਕੌਮ ਨੂੰ ਮਾਣ ਹੈ। ਆਸ ਕਰਦੇ ਹਾਂ ਕਿ ਆਪ ਜੀ ਦੀ ਰਹਿਨੁਮਾਈ ਵਿੱਚ ਸਿੱਖ ਪੰਥ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੇਗਾ। ਵਾਹਿਗੁਰੂ ਜੀ ਕਾ ਖਾਲਸਾ। ਐਜੂਕੇਸ਼ਨ ਔਰ ਸਾਡੇ ਸ਼੍ਰੀ ਅਨੰਦਪੁਰ ਸਾਹਿਬ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਫੁੱਲਾ ਸਿੰਘ ਜੀ, ਸਰ ਗੰਗੋਹਰ ਸਿੰਘ ਜੀ ਬਾਲੀਆ ਸਾਹਿਬ, ਸਾਡੇ ਐਜੂਕੇਸ਼ਨ ਡਾਇਰੈਕਟਰ ਸਿੱਧੂ ਸਾਹਿਬ, ਹੋਰ ਸਾਰੇ ਮੰਚ ਦੇ ਬਿਰਾਜਮਾਨ ਸਤਵੰਤੇ ਸੱਜਣ ਅਤੇ ਵੱਖ ਵੱਖ ਕਾਲਜਾਂ ਦੇ ਵਿੱਚੋਂ ਆਏ ਹੋਏ ਪ੍ਰਿੰਸੀਪਲ ਸਾਹਿਬਾਨ,
ਤੇ ਸਾਹਮਣੇ ਵਿਰਾਜਮਾਨ ਪਿਆਰੇ ਵਿਦਿਆਰਥੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਬਹੁਤ ਹੀ ਮੈਂ ਸਮਝਦਾ ਖੁਸ਼ੀ ਦੀ ਗੱਲ ਹੈ ਕਿ ਸਤਿਗੁਰੂ ਦੀ ਅਪਾਰ ਕਿਰਪਾ ਦੇ ਦੁਆਰਾ ਗੁਰਾਂ ਦੀ ਭਰੋਸਾਈ ਹੋਈ ਇਹ ਮਹਾਨ ਧਰਤੀ ਸ੍ਰੀ ਅਨੰਦਪੁਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਦੇ ਇਸ ਸਟੇਡੀਅਮ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਸਾਡੀਆਂ ਵਿਦਿਅਕ ਸੰਸਥਾਵਾਂ ਨੇ ਉਹਨਾਂ ਵੱਲੋਂ ਪੰਜਵਾਂ ਖਾਲਸਾਈ ਖੇਡ ਉਤਸਵ ਜਿਹੜਾ ਹੈ ਉਹ ਬਹੁਤ ਹੀ ਉਤਸ਼ਾਹ ਦੇ ਨਾਲ ਇਹ ਸਾਰਾ ਕਰਵਾਇਆ ਜਾ ਰਿਹਾ। ਇਹ ਵੀ ਅੱਜ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਇਸ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਮ ਤੇ ਖਾਲਸਾ ਕਾਲਜ ਦੀ ਅੱਜ 50ਵੀਂ ਗੋਲਡਨ ਜੁਬਲੀ ਹੈ। ਇਸ ਗੱਲ ਦੀ ਮੈਂ ਮੁਬਾਰਕਬਾਦ ਸਾਰੀ ਸੰਗਤ ਨੂੰ ਦਿੰਦਾ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿੱਥੇ ਜਦੋਂ ਵੀ ਇਹ ਹੋਂਦ ਵਿੱਚ ਆਈ ਸੀ ਔਰ ਉਦੋਂ ਇੱਕੋ ਹੀ ਮਕਸਦ ਸੀ ਕਿ ਗੁਰੂ ਘਰਾਂ ਦੀ ਸੇਵਾ ਸੰਭਾਲ ਕਰਨਾ ਔਰ ਗੁਰੂ ਘਰਾਂ ਦੇ ਪ੍ਰਬੰਧ ਦੇਖਣਾ। ਲੇਕਿਨ ਹੌਲੀ ਹੌਲੀ ਸਮੇਂ ਦੇ ਨਾਲ ਜਿਉਂ ਜਿਉਂ ਸਮੇਂ ਦੀਆਂ ਲੋੜਾਂ ਹੁੰਦੀਆਂ ਰਹੀਆਂ, ਜਿਉਂ ਜਿਉਂ ਸਿੱਖ ਪੰਥ ਦੀਆਂ ਔਰ ਸਾਰੀਆਂ ਲੋੜਾਂ ਦੇ ਮੁਤਾਬਕ ਕਿ ਅੱਜ ਪੰਜਾਬ ਦੇ ਲੋਕਾਂ ਨੂੰ ਸਮੁੱਚੀ ਕੌਮ ਨੂੰ ਵਿੱਦਿਆ ਦੀ ਬਹੁਤ ਵੱਡੀ ਲੋੜ ਹੈ, ਉਸ ਚੀਜ਼ ਨੂੰ ਮੁੱਖ ਰੱਖਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿੱਦਿਅਕ ਅਦਾਰਿਆਂ ਦੀ ਸਥਾਪਨਾ ਕੀਤੀ ਗਈ ਹੈ। ਸੋ ਮੈਂ ਸਭ ਦਾ ਅੱਜ 125 ਤੋਂ ਵੱਧ ਵਿੱਦਿਅਕ ਅਦਾਰੇ ਜਿਹੜੇ ਨੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚਲਾਏ ਜਾ ਰਹੇ ਨੇ। ਅੱਜ ਬਹੁਤ ਸਾਰੇ ਸਾਡੇ ਕਾਲਜ ਜਿਹੜੇ ਨੇ ਤਕਰੀਬਨ 36 ਕਾਲਜ ਜਿਹੜੇ ਇਸ ਉਤਸਵ ਖੇਡ ਉਤਸਵ ਦੇ ਵਿੱਚ ਭਾਗ ਲੈ ਰਹੇ ਨੇ ਔਰ ਇਹਦੇ ਵਿੱਚ ਇਹ ਵੀ ਖੁਸ਼ੀ ਦੀ ਗੱਲ ਹੈ ਕਿ 3000 ਤੋਂ ਵੱਧ ਵਿਦਿਆਰਥੀ ਜਿਹੜੇ ਨੇ ਔਰ ਇਹ ਖਾਲਸਾਈ ਖੇਡ ਉਤਸਵ ਦੇ ਵਿੱਚ ਭਾਗ ਲੈ ਰਹੇ ਨੇ। ਸੋ ਇਹ ਮੈਂ ਸਮਝਦਾ ਕਿ ਸਾਡੇ ਇਹ ਅਦਾਰੇ ਨੇ ਜਦੋਂ ਔਰ ਬਹੁਤ ਖੁਸ਼ੀ ਹੁੰਦੀ ਹੈ ਕਿ ਅਦਾਰੇ ਜਿਹੜੇ ਨੇ ਹਰ ਖੇਤਰ ਦੇ ਵਿੱਚ ਬਹੁਤ ਵੱਡੇ ਔਰ ਪ੍ਰਾਪਤੀਆਂ ਕਰਦੇ ਨੇ। ਆਹ ਹੁਣੇ ਪਿੱਛੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਯੂਥ ਫੈਸਟੀਵਲ ਦੀਆਂ ਜਿਹੜੇ ਪ੍ਰੋਗਰਾਮ ਹੋਏ ਸਨ ਉਹਦੇ ਵਿੱਚ ਸਾਰੇ ਪਹਿਲੀਆਂ ਜਿਹੜੇ 4 ਪੋਜੀਸ਼ਨਾਂ ਸੀਆਂ ਉਹ ਵੀ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਕਾਲਜਾਂ ਨੇ ਔਰ ਪ੍ਰਾਪਤ ਕੀਤੀਆਂ। ਇਸ ਗੱਲ ਦੀ ਸਾਨੂੰ ਬਹੁਤ ਖੁਸ਼ੀ ਹੈ ਤੇ ਮੈਂ ਇਹਨਾਂ ਕਾਲਜਾਂ ਦੇ ਸਾਰੇ ਪ੍ਰਿੰਸੀਪਲਾਂ ਨੂੰ ਉਹਨਾਂ ਦੇ ਸਾਰੇ ਸਟਾਫ ਨੂੰ ਔਰ ਜਿਨ੍ਹਾਂ ਨੇ ਬੜੀ ਹਿੰਮਤ ਨਾਲ ਬੜੇ ਉਤਸ਼ਾਹ ਦੇ ਨਾਲ ਬੜੀ ਮਿਹਨਤ ਦੇ ਨਾਲ ਔਰ ਇਹ ਪੋਜੀਸ਼ਨਾਂ ਜਿਹੜੀਆਂ ਨੇ ਉਹ ਪ੍ਰਾਪਤ ਕੀਤੀਆਂ ਨੇ ਕਿਉਂਕਿ ਸਾਡੇ ਕੋਲ ਬਹੁਤ ਹੀ ਮਿਹਨਤੀ ਪ੍ਰਿੰਸੀਪਲ ਨੇ ਔਰ ਜਿਹੜੇ ਬੜੀ ਮਿਹਨਤ ਦੇ ਨਾਲ ਔਰ ਬਹੁਤ ਸਾਰੀ ਐਜੂਕੇਸ਼ਨ ਦੇ ਵਿੱਚ ਉਸ ਇਲਾਕੇ ਦੀ ਸੇਵਾ ਕਰਦੇ ਨੇ ਕਈ ਕਾਲਜਾਂ ਦੇ ਵਿੱਚ ਔਰ ਉਹ ਐਸੇ ਕਾਲਜ ਨੇ ਜਿਹੜੇ ਪਿਛੜੇ ਇਲਾਕੇ ਦੇ ਵਿੱਚ ਵੀ ਹੈਗੇ ਨੇ। ਜੇ ਕੁਝ ਬੁਢਲਾਡੇ ਏਰੀਏ ਦੇ ਵਿੱਚ ਅਸੀਂ ਜਾ ਕੇ ਦੇਖਿਆ ਉੱਥੇ ਕੋਈ ਪਹਿਲਾਂ ਵਿੱਦਿਆ ਦਾ ਨਾਂ ਹੀ ਨਹੀਂ ਸੀ ਲੇਕਿਨ ਅੱਜ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਯਾਦ ਕਰਦੇ ਨੇ ਕਿ ਉੱਥੇ ਇੰਨਾ ਕਾਮਯਾਬ ਕਾਲਜ ਚੱਲ ਰਿਹਾ ਹੈ ਬੁਢਲਾਡੇ ਦੇ ਵਿੱਚ। ਬਹੁਤ ਦੂਰੋਂ ਦੂਰੋਂ 30-40 ਕਿਲੋਮੀਟਰ ਤੋਂ ਆ ਕੇ ਵਿਦਿਆਰਥੀ ਜਿਹੜੇ ਨੇ ਉਹ ਵਿੱਦਿਆ ਪ੍ਰਾਪਤ ਕਰਦੇ ਨੇ। ਇਸੇ ਤਰ੍ਹਾਂ ਮੁਕਤਸਰ ਮਾਤਾ ਗੁਜਰੀ ਕਾਲਜ, ਖਾਲਸਾ ਕਾਲਜ ਔਰ ਹਰ ਥਾਂ ਦੇ ਉੱਤੇ ਪਿੰਡਾਂ ਦੇ ਵਿੱਚ ਵੀ ਸ਼ਹਿਰਾਂ ਦੇ ਵਿੱਚ ਵੀ ਸਾਡੇ ਕਾਲਜ ਜਿਹੜੇ ਨੇ ਬਹੁਤ ਵੱਡੀਆਂ ਪ੍ਰਾਪਤੀਆਂ ਸਾਡੇ ਕਾਲਜਾਂ ਨੇ ਕੀਤੀਆਂ ਨੇ। ਇਹ ਮੈਂ ਸਮਝਣਾ ਸਾਡੇ ਪ੍ਰਿੰਸੀਪਲ ਅਤੇ ਉਹਨਾਂ ਦੇ ਨਾਂ ਦੇ ਸਹਿਯੋਗੀ ਸਾਰੇ ਸਟਾਫ ਦੀ ਮਿਹਨਤ ਦਾ ਨਤੀਜਾ ਹੈ ਕਿ ਅੱਜ ਇੰਨੀਆਂ ਉਪਲਬਧੀਆਂ ਜਿਹੜੀਆਂ ਨੇ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੀਆਂ ਜਾ ਰਹੀਆਂ ਨੇ। ਇਸੇ ਕਰਕੇ ਮੈਂ ਸਮਝਦਾ ਕਿ ਜਿੱਥੇ ਵੀ ਅਸੀਂ ਜਾਂਦੇ ਹਾਂ ਹਰ ਇੱਕ ਦੀ ਇਹ ਮੰਗ ਹੁੰਦੀ ਹੈ, ਹਰ ਇਲਾਕੇ ਦੀ ਇਹ ਮੰਗ ਹੁੰਦੀ ਹੈ। ਕਹਿੰਦੇ ਅਸੀਂ ਪੰਜਾਬ ਦੇ ਵਿੱਚ ਹੀ ਨਹੀਂ ਹਰਿਆਣੇ ਦੇ ਵਿੱਚ ਵੀ ਸਾਡੇ ਕਾਲਜ ਸਕੂਲ ਨੇ ਔਰ ਹਿਮਾਚਲ ਦੇ ਵਿੱਚ ਵੀ ਨੇ
ਬੰਬੇ ਦੇ ਵਿੱਚ ਬਹੁਤ ਪੁਰਾਣਾ ਸਾਡਾ ਕਾਲਜ ਜਿਹੜਾ ਹੈ ਚੱਲ ਰਿਹਾ, ਬੜੀ ਕਾਮਯਾਬੀ ਦੇ ਨਾਲ ਚੱਲ ਰਿਹਾ, ਬੜਾ ਵੱਡਾ ਨਾਂ ਹੈ ਉਸ ਕਾਲਜ ਦਾ। ਅੱਜ ਵੀ ਖੇਡਾਂ ਵਿੱਚ ਸ਼ਾਮਿਲ ਹੋਏ ਨੇ, ਬੜੀ ਖੁਸ਼ੀ ਦੀ ਗੱਲ ਹੈ, ਮੈਨੂੰ ਮਿਲੇ ਸੀ। ਸੋ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਤੁਸੀਂ ਸਾਰੇ ਹੀ ਔਰ ਉਸ ਖਾਲਸਾਈ ਬਾਣੇ ਦੇ ਵਿੱਚ ਸਾਰੇ ਰੰਗੇ ਹੋਏ ਹੋ, ਉਹੀ ਔਰ ਪੋਸ਼ਾਕ ਉਸ ਤਰ੍ਹਾਂ ਦਾ ਸਾਰਾ ਪਹਿਰਾਵਾ ਦੇਖ ਕੇ ਮਨ ਦੇ ਵਿੱਚ ਖੁਸ਼ੀ ਹੁੰਦੀ ਹੈ। ਜਿਵੇਂ ਗੁਰੂ ਕੇ ਲਾਡਲੀਆਂ ਫੌਜਾਂ ਕਿਸੇ ਸਮੇਂ, ਮੈਂ ਸਮਝਦਾ ਉਹ ਦ੍ਰਿਸ਼ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ, ਜਦੋਂ ਖਾਲਸਾ ਪੰਥ ਦੀ ਸਾਜਨਾ ਕੀਤੀ ਗਈ ਇਸ ਮਹਾਨ ਧਰਤੀ ਤੋਂ, ਖਾਲਸਾ ਪੰਥ ਜਿਹੜਾ ਸਾਜਿਆ ਗਿਆ ਸੀ ਔਰ ਖਾਲਸੇ ਨੂੰ ਆਪਣਾ ਰੂਪ ਦਿੱਤਾ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹਾਂ ਕਰੂੰ ਨਿਵਾਸ, ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ ਮੇਰੋ ਪਿੰਡ ਪ੍ਰਾਣ। ਸੋ ਉਹ ਖਾਲਸੇ ਦਾ ਰੂਪ ਮੈਨੂੰ ਸਾਰਾ ਆ ਵਿਦਿਆਰਥੀਆਂ 'ਚ ਦਿਸ ਰਿਹਾ, ਕਿਉਂਕਿ ਸਾਡਾ ਮੇਨ ਮਕਸਦ ਇਹ ਵੀ ਹੁੰਦਾ ਕਿ ਜਿੱਥੇ ਅਸੀਂ ਸਾਡੀ ਵਿੱਦਿਆ ਦੇਣੀ ਹੈ, ਔਰ ਵਿੱਦਿਆ ਦੇ ਨਾਲ ਨਾਲ ਇਹ ਵੀ ਜ਼ਰੂਰੀ ਹੈ ਕਿ ਅਸੀਂ ਆਪਣੇ ਧਰਮ ਨੂੰ ਦੀ ਜਿਹੜਾ ਗਿਆਨ ਪ੍ਰਾਪਤ ਕਰਨਾ, ਜਿੰਨੇ ਸਾਡੇ ਵਿਦਿਆਰਥੀ ਪੜ੍ਹਦੇ ਨੇ ਉਹਨਾਂ ਦੇ ਵਿੱਚ ਇਹ ਵੀ ਸਾਡੀ ਹਮੇਸ਼ਾ ਮਨ ਦੀ ਭਾਵਨਾ ਹੁੰਦੀ ਹੈ ਕਿ ਉਹਨਾਂ ਵਿਦਿਆਰਥੀਆਂ ਨੂੰ ਜਿੱਥੇ ਸਿੱਖੀ ਦੀ ਪਹਿਚਾਣ ਦੇ ਵਾਸਤੇ ਸਿੱਖੀ ਦੇ ਸਰੂਪ ਦਾ ਧਾਰਨੀ ਹੋਣਾ, ਉੱਥੇ ਸਾਡੇ ਗੁਰਮਤਿ ਦਾ ਗਿਆਨ ਪ੍ਰਾਪਤ ਕਰਨਾ ਔਰ ਸਾਡੇ ਸਿੱਖ ਇਤਿਹਾਸ ਤੋਂ ਔਰ ਸਾਰੀ ਜਾਣਕਾਰੀ ਲੈਣੀ, ਇਹ ਬਹੁਤ ਵੱਡੀ ਜ਼ਰੂਰੀ ਗੱਲਾਂ ਬਣ ਜਾਂਦੀਆਂ ਨੇ। ਸੋ ਮੈਂ ਸਮਝਦਾ ਕਈ ਵਾਰ ਇਹ ਵੀ ਹੁੰਦਾ ਕਿ ਅੱਜ ਸਾਡੇ ਇਤਿਹਾਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਨਾਂ ਨੂੰ ਹੋਰ ਉੱਚਾ ਸਾਰਿਆਂ ਨੇ ਮਿਹਨਤ ਨਾਲ ਕਰਨਾ। ਗੁਰੂ ਨਾਨਕ ਦੇਵ ਸਾਹਿਬ ਜਿਹੜਾ ਸਾਡੇ ਪੰਜਵਾਂ ਜਿਹੜਾ ਪ੍ਰਕਾਸ਼ ਉਤਸਵ ਹੈ ਉਹ ਸਮਰਪਿਤ ਹੈ। ਅਸੀਂ ਸਮਝਦੇ ਕਿ ਇਹਨਾਂ ਪੈਸਿਆਂ ਨਾਲ ਕੋਈ ਗੁਰੂ ਸਾਹਿਬ ਦੀ ਜਿਹੜੀ ਹੈ ਵਧੀਆ ਯਾਦਗਾਰ ਜਿਹੜੀ ਹੈ ਬਣਾਈ ਜਾਵੇ, ਅਸੀਂ ਹੋਰ ਵੀ ਪੈਸੇ ਦੇ ਦਾਂਗੇ ਇਸ ਕਰਕੇ ਸ਼ੁਰੂਆਤ ਹੈ ਤਾਂ, ਅਤੇ ਇਸ ਕਰਕੇ ਵਧੀਆ ਯਾਦਗਾਰ ਆਪਣੀ ਗੋਲਡ ਜੁਬਲੀ ਦੀ ਰਹੇ ਤਾਂ ਕਿ ਗੋਲਡ ਜੁਬਲੀ ਹੈ ਤੋ ਆਪਣੇ ਆਹ ਸਾਰਾ ਸਾਲ ਜਿਹੜਾ ਹੈ ਗੁਰੂ ਨੂੰ ਸਮਰਪਿਤ ਕਰਨਾ, 550ਵੇਂ ਪ੍ਰਕਾਸ਼ ਉਤਸਵ ਜਿਹੜਾ ਹੈ ਪੁਰਬ ਆ ਰਿਹਾ ਉਹਦੇ ਲਈ ਸਾਰਾ ਸਾਲ ਜਿਹੜਾ ਹੈ ਸਮਰਪਿਤ ਹੋਵੇ। ਬਾਕੀ ਮੈਂ ਜਿੰਨੇ ਵੀ ਇੱਥੇ ਕਾਲਜ ਆਏ ਨੇ ਉਹਨਾਂ ਨੂੰ ਵੀ ਇਹ ਬੇਨਤੀ ਕਰਾਂਗਾ ਕਿ ਘੱਟੋ ਘੱਟ ਇੱਕ ਪ੍ਰੋਗਰਾਮ ਜਿਹੜਾ ਹੈ ਆਉਣ ਵਾਲੇ ਸਾਲ ਦੇ ਵਿੱਚ ਗੁਰੂ ਨਾਨਕ ਦੇਵ ਸਾਹਿਬ ਦੇ 550 ਸਾਲਾਂ ਪ੍ਰਕਾਸ਼ ਉਤਸਵ ਨੂੰ ਮੁੱਖ ਰੱਖਦਿਆਂ ਹਰ ਕਾਲਜ ਦੇ ਵਿੱਚ ਇੱਕ ਪ੍ਰੋਗਰਾਮ ਜਿਹੜਾ ਹੈ ਵਧੀਆ ਗੁਰਮਤਿ ਦਾ ਗੁਰੂ ਸਾਹਿਬ ਨੂੰ ਸਮਰਪਿਤ ਜਿਹੜਾ ਹੈ ਉਹ ਕਰਾਇਆ ਜਾਵੇ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹੁੰਚੇ ਸਾਡੇ ਬਹੁਤ ਹੀ ਸਨਮਾਨਯੋਗ ਸਿੱਖ ਪੰਥ ਦੀ ਸਰਮੌਰ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਨਯੋਗ ਪ੍ਰਧਾਨ ਭਾਈ ਗੋਬਿੰਦ ਸਿੰਘ ਜੀ ਲੌਂਗੋਵਾਲ ਸਾਹਿਬ, ਸਾਡੇ ਮਾਨਯੋਗ ਇਸ ਇਲਾਕੇ ਤੋਂ ਮੈਂਬਰ ਪ੍ਰਿੰਸੀਪਲ ਸੁਰਿੰਦਰ ਸਿੰਘ ਜੀ, ਸਾਡੇ
ਸਿੱਖਿਆ ਵਿਭਾਗ ਦੇ ਸਕੱਤਰ ਸਰਦਾਰ ਅਵਤਾਰ ਸਿੰਘ ਜੀ ਸੈਂਪਲਾ ਸਾਹਿਬ, ਡਾਇਰੈਕਟਰ ਐਜੂਕੇਸ਼ਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਡਾਕਟਰ ਜਤਿੰਦਰ ਸਿੰਘ ਜੀ ਸਿੱਧੂ ਸਾਹਿਬ, ਸਾਡੇ ਇਸ ਕਾਲਜ ਦੇ ਮਹਾਂਯੋਗ ਪ੍ਰਿੰਸੀਪਲ ਸਰਦਾਰ ਜਸਵੀਰ ਸਿੰਘ ਜੀ ਅਤੇ ਵੱਖ ਵੱਖ ਕਾਲਜਾਂ ਤੋਂ ਸਾਡੇ ਇਸ ਮੌਕੇ ਤੇ ਹਾਜ਼ਰ ਹੋਏ ਪ੍ਰਿੰਸੀਪਲ ਸਾਹਿਬਾਨ, ਸਾਡੇ ਸਾਬਕਾ ਜੋ ਡਾਇਰੈਕਟਰ ਐਜੂਕੇਸ਼ਨ, ਵਾਈਸ ਚਾਂਸਲਰ ਸਾਬਕਾ ਤੇ ਮੌਜੂਦਾ ਵੀ, ਮਹਾਂਯੋਗ ਡਾਕਟਰ ਗੁਰਮੋਹਨ ਸਿੰਘ ਜੀ ਵਾਲੀਆ ਸਾਹਿਬ, ਮਹਾਂਯੋਗ ਪ੍ਰਧਾਨ ਸਾਹਿਬ ਦਾ ਕਿ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 2002 ਦੇ ਵਿੱਚ ਇਹ ਖਾਲਸਾ ਖੇਡਾਂ ਆਰੰਭ ਕੀਤੀਆਂ ਸਨ, ਉਹ ਅੱਜ ਬਹੁਤ ਹੀ ਸਫਲਤਾ ਦੇ ਨਾਲ ਮਹਾਂਯੋਗ ਪ੍ਰਧਾਨ ਭਾਈ ਗੋਬਿੰਦ ਸਿੰਘ ਜੀ ਲੌਂਗੋਵਾਲ ਸਾਹਿਬ ਦੀ ਅਗਵਾਈ ਵਿੱਚ ਵੀ ਬਹੁਤ ਅੱਗੇ ਵੱਧ ਰਹੀਆਂ। ਇਹ ਬਹੁਤ ਵੱਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂ ਸਮਝਦਾ ਕਿ ਵੱਡੀ ਪ੍ਰਾਪਤੀ ਹੈ ਕਿ ਭਾਵੇਂ ਸਾਰੇ ਹੀ ਕਾਲਜ ਆਪੋ ਆਪਣੀਆਂ ਯੂਨੀਵਰਸਿਟੀਆਂ ਦੇ ਵਿੱਚ ਖੇਡਾਂ ਵਿੱਚ ਹਿੱਸਾ ਲੈਂਦੇ ਆ ਤੇ ਉੱਥੇ ਆਪਣੀ ਕਾਰਗੁਜ਼ਾਰੀ ਜੋ ਪੇਸ਼ ਕਰਕੇ ਉੱਥੋਂ ਬੜੇ ਤਗਮੇ ਬਹੁਤ ਕੁਛ ਅਸੀਂ ਪ੍ਰਾਪਤ ਕਰਦੇ ਹਾਂ। ਇਹ 2002 ਦੇ ਵਿੱਚ ਤੁਸੀਂ ਸ਼ਮਾ ਬਾਲੀ ਜਿਵੇਂ ਅੱਜ ਜਦੋਂ ਬੱਚੇ ਲੈ ਕੇ ਆ ਰਹੇ ਸੀ ਤੇ ਕਹਿ ਰਹੇ ਸੀ ਕਿ ਇਹ ਸ਼ਮਾ ਉੱਥੇ ਜਗਾਉਣੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 11,000 ਦਾ ਇਹ ਨਕਦ ਰਾਸ਼ੀ ਦਾ ਚੈੱਕ ਜੋ ਇਹਨਾਂ ਨੂੰ ਦਿੱਤਾ ਜਾ ਰਿਹਾ, ਇਹਨਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ। ਇਹਨਾਂ ਦੇ ਨਾਲ ਹੀ ਸਰਦਾਰ ਤਰਸੇਮ ਸਿੰਘ ਜੀ ਪ੍ਰਧਾਨ ਸਾਹਿਬ ਜੀ ਦੇ ਨਾਲ ਹਨ, ਕਿੱਥੇ ਪਹੁੰਚ ਗਏ ਕਿੱਥੇ ਆ ਗਏ। ਜੀ ਪੀ ਆਰ ਸਿਸਟਮ ਡਾਕਟਰ ਡੀ ਐਸ ਰਾਹੀ, ਡਾਕਟਰ ਡੀ ਐਸ ਰਾਹੀ ਡਾਕਟਰ ਕਾਲਜਸ ਦੇ ਰਹੇ ਹਨ, ਡਾਕਟਰ ਡੀ ਐਸ ਰਾਹੀ ਸਾਹਿਬ, ਔਰ ਇਹਨਾਂ ਦੇ ਨਾਲ ਹੀ ਇਹਨਾਂ ਨੂੰ ਡਾਕਟਰ ਗੁਰਮੋਹਨ ਸਿੰਘ ਜੀ ਵਾਲੀਆ ਸਾਹਿਬ, ਵਾਈਸ ਚਾਂਸਲਰ ਖਾਲਸਾ ਯੂਨੀਵਰਸਿਟੀ ਦੇ, ਡਾਕਟਰ ਗੁਰਮੋਹਨ ਸਿੰਘ ਜੀ ਵਾਲੀਆ ਸਾਹਿਬ। ਜਦੋਂ ਜਦੋਂ ਅਸੀਂ ਇਹਨਾਂ ਨੂੰ ਯਾਦ ਕਰਦੇ ਹਾਂ, ਇਹ ਆਪਣੇ ਰੁਝੇਵਿਆਂ ਚੋਂ ਸਮਾਂ ਕੱਢ ਕੇ ਆਉਂਦੇ ਹਨ। ਪ੍ਰਿੰਸੀਪਲ ਸੁਰਿੰਦਰ ਸਿੰਘ ਜੀ ਤੇ ਇਹ ਜਲੰਧਰ ਤੋਂ ਆਏ ਹਨ, ਔਰ ਉੱਥੇ ਸਾਡਾ ਕਾਲਜ ਕਰਤਾਰਪੁਰ ਵਿਖੇ ਜੋ ਇਹ ਨਵਾਂ ਨਵਾਂ ਖੁੱਲਿਆ ਸੀ, ਇਹਨਾਂ ਦਾ ਬੜਾ ਵੱਡਾ ਯੋਗਦਾਨ ਹੈ ਉਸ ਕਾਲਜ ਨੂੰ। ਜ਼ੋਰਦਾਰ ਤਾੜੀਆਂ ਦੇ ਨਾਲ ਇਹਨਾਂ ਦਾ ਮਾਨ ਸਨਮਾਨ ਕੀਤਾ ਜਾ ਰਿਹਾ ਭਾਈ ਚਾਵਲਾ ਸਾਹਿਬ ਦਾ, ਡਾਕਟਰ ਗੁਰਚਰਨ ਸਿੰਘ ਲਾਂਬਾ ਸਾਹਿਬ, ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਫਤਿਹਗੜ੍ਹ ਸਾਹਿਬ, ਡਾਕਟਰ ਪ੍ਰੀਤ ਮਹਿੰਦਰਪਾਲ ਸਿੰਘ, 100 ਮੀਟਰ ਦੇ ਲੜਕਿਆਂ ਦੀ ਦੌੜ ਦੇ ਮੁਕਾਬਲੇ ਸ਼ੁਰੂ ਹੋਣ ਜਾ ਰਹੇ, ਉਹਨਾਂ ਲਈ ਪਹਿਲਾ ਸੱਦਾ, ਪ੍ਰੋਫੈਸਰ ਰਣਜੀਤ ਸਿੰਘ ਤੋਂ ਬਾਅਦ ਡਾਕਟਰ ਇੰਦਰਜੀਤ ਸਿੰਘ ਜੀ, ਬੀਬੀ ਸ਼ਰਨ ਕੌਰ ਖਾਲਸਾ, ਡਾਕਟਰ ਰਜਿੰਦਰ ਕੌਰ, ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਫਾਰ ਵੁਮੈਨ ਝਾੜ ਸਾਹਿਬ, ਡਾਕਟਰ ਗੋਬਿੰਦ ਸਿੰਘ, ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਭਗਤਾ ਭਾਈ ਸਾਹਿਬ, ਡਾਕਟਰ ਤੇਜਿੰਦਰ ਕੌਰ ਧਾਲੀਵਾਲ ਜੋ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਾਬਕਾ ਚੇਅਰਮੈਨ ਹਨ, ਔਰ ਵਿਸ਼ੇਸ਼ ਤੌਰ ਦੇ ਉੱਤੇ ਐਸਜੀਪੀਸੀ ਕਾਲਜ ਗੁਰੂ ਨਾਨਕ ਕਾਲਜ ਬੁਢਲਾਡਾ, ਸਵਰਨਜੀਤ ਸਿੰਘ ਜੀ ਗੁਰੂ ਨਾਨਕ ਕਾਲਜ ਮੋਗਾ, ਡਾਕਟਰ ਕਿਰਨ ਜੀ ਗੁਰੂ ਨਾਨਕ ਖਾਲਸਾ ਕਾਲਜ ਆਫ ਆਰਟ ਸਾਇੰਸ ਐਂਡ ਕਮਰਸ ਮੁੰਬਈ, ਡਾਕਟਰ ਸਤਵਿੰਦਰ ਸਿੰਘ ਢਿੱਲੋਂ ਸਾਹਿਬ ਖਾਲਸਾ ਕਾਲਜ ਗੜ੍ਹਦੀਵਾਲ, ਡਾਕਟਰ ਕੁਲਦੀਪ ਕੌਰ ਜੀ ਧਾਲੀਵਾਲ, ਮਾਤਾ ਗੰਗਾ ਖਾਲਸਾ ਕਾਲਜ ਫਾਰ ਗਰਲਜ਼ ਕੋਟਾ, ਡਾਕਟਰ ਕਸ਼ਮੀਰ ਸਿੰਘ ਜੀ ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ, ਡਾਕਟਰ ਗੁਰਵੀਰ ਸਿੰਘ ਮਾਤਾ ਸਾਹਿਬ ਸਹਾਇਕ ਡਾਕਟਰ ਸਿੱਖਿਆ